ਜੀ ਸਤਿ ਸ਼੍ਰੀ ਅਕਾਲ ਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਦਾਂ ਉਂਗਲ ਮਾਰ ਕੇ ਨਾਲੇ ਬੈਲ ਆਈਕਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਓ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂ ਸੋ ਕਰ ਲਓ ਸਬਸਕ੍ਰਾਈਬ ਲੁਧਿਆਣਾ ਦੇ ਚੰਡੀਗੜ੍ਹ ਰੋਡ ਮੋਤੀ ਨਗਰ ਥਾਣੇ ਅਧੀਨ ਆਉਂਦੇ ਸਮੇਂ ਇਲਾਕੇ 'ਚ ਉਸ ਸਮੇਂ ਸੰਸਨੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ ਖਾਲੀ ਪਲਾਟ ਵਿੱਚ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਰਾਹਗੀਰਾਂ ਨੇ ਮ੍ਰਿਤਕ ਦੇਹ ਨੂੰ ਵੇਖਦਿਆਂ ਹੀ ਸੂਚਨਾ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਿਸ ਅਧਿਕਾਰੀਆਂ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ ਬੇਹੱਦ ਗਲ ਸੜ ਚੁੱਕੀ ਹੈ ਜਿਸ ਦੀ ਹਾਲੇ ਤੱਕ ਪਹਿਚਾਣ ਨਹੀਂ ਹੋ ਸਕੀ ਲਾਸ਼ ਪਈ ਹੈ ਉੱਥੇ ਆਪਾਂ ਅੱਗੇ ਚੈੱਕ ਕੀਤਾ ਆਪਾਂ ਫਿਲਹਾਲ ਆਪਾਂ ਦੀ ਪੜਤਾਲ ਕਰਾ ਰਹੇ ਹਾਂ ਕਿ ਕਿਹਦੀ ਬੋਡੀ ਹੈਗੀ ਹੈ ਸਰ ਕੁਛ ਪਤਾ ਲੱਗਿਆ ਸਰ ਨਹੀਂ ਨਹੀਂ ਕੋਜ਼ ਆਫ ਡੈਥ ਪੋਸਟਮਾਰਟਮ ਤੋਂ ਬਾਅਦ ਹੀ ਜੀ ਕਲੀਅਰ ਹੋਊਗਾ ਜੋ ਹੋਊਗਾ ਸਰ ਕੋਈ ਆਪਣਾ ਪੁਲਿਸ ਨੂੰ ਜਦੋਂ ਪਤਾ ਲੱਗਿਆ ਉਸ ਤੋਂ ਬਾਅਦ ਕੋਈ ਜੀ ਨਾਲ ਦੇ ਏਰੀਏ ਤੋਂ ਕੋਈ ਜਾਂ ਕੋਈ ਅਸੀਂ ਉਹ ਚੈੱਕ ਕਰਾ ਰਹੇ ਹਾਂ ਫਿਲਹਾਲ ਕੋਈ ਇਨਫੋਰਮੇਸ਼ਨ ਨਹੀਂ ਹੈ ਕਿ ਕੌਣ ਹੈਗਾ ਪ੍ਰਵਾਸੀ ਲੱਗ ਰਿਹਾ ਹੈ ਉਮਰ ਕਿੰਨੀ ਹੋਊਗੀ ਜਿੱਥੇ ਅਰਾਊਂਡ 25 ਤੋਂ 30 ਸਾਲ ਦਾ ਲੱਗਦਾ ਪ੍ਰਵਾਸੀ ਲੱਗ ਰਿਹਾ ਸਰ ਫਿਲਹਾਲ ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਹੁਣ ਜਾਂਚ ਤੋਂ ਬਾਅਦ ਹੀ ਮ੍ਰਿਤਕ ਦੇਹ ਦੀ ਸ਼ਨਾਖਤੀ ਅਤੇ ਮਾਮਲੇ ਦਾ ਪਤਾ ਲੱਗ ਸਕੇਗਾ ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਸੱਚ ਅਤੇ ਹੱਕ ਦੀ ਆਵਾਜ਼